الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا رسول الله الصلاة والسلام عليك يا حبيب الله الصلاة والسلام عليك يا رسول الله الصلاة والسلام عليك يا, يا حبيب الله ਅਸਲਾਤੁ ਵਸਲਾਮੁ ਅਲੈਕਾ ਯਾ ਰਸੂਲੁਲਾ ਅਸਲਾਤੁ ਵਸਲਾਮੁ ਅਲੈਕਾ ਯਾ ਹਬੀਬੱਲਾ ਅਉਜ਼ੁ ਬਿਲਲਾਹ ਮਿਨ ਸ਼ੈਤਾਨਿਰ ਰਜੀਮ ਬਿਸਮਿਲਲਾਹ ਰਹਿਮਨ ਰਹਿਮੋਸਤੋ ਤੇ ਮੇਰੇ ਇਸਲਾਮੀ ਭੈਣ ਭਰਾਓ ਅੱਜ ਤੁਹਾਨੂੰ ਮੈਂ ਜਿਹੜੇ ਤੁਸੀਂ ਮੈਨੂੰ ਸਵਾਲ ਕਰਦੇ ਇਹਨਾਂ ਦੇ ਬਾਬਾ ਜੀ ਅਸੀਂ ਬਿਸਮਿਲਲਾ ਪੜਦੇ ਆ ਬਿਸਮਿਲਲਾ ਇਹਨਾਂ ਨੇ ਚਿਰ ਸਾਨੂੰ ਪੜਦੇ ਆ ਹੋਗੇ ਨਹੀਂ 40 40 ਦਿਨ ਅਸੀਂ ਪੜੀ ਐ ਪੜੀ ਸਾਨੂੰ ਅਸਰ ਨਹੀਂ ਹੋ ਰਿਹਾ ਅੱਜ ਤੁਹਾਨੂੰ ਮੈਂ ਦੱਸਣਾ ਅਸਰ ਕਿਉਂ ਨਹੀਂ ਹੁੰਦਾ ਤੇ ਕਿੱਥੋਂ ਸ਼ੁਰੂ ਹੁੰਦਾ ਜਾ ਕੇ ਸਨ ਉਸ ਤੋਂ ਬਾਅਦ ਸਭ ਸ਼ੁਰੂ ਹੁੰਦਾ ਹੈ ਬੱਚਿਓ ਐ ਮੇਰੀ ਜਰਾ ਗੱਲ ਜਰਾ ਚੰਗੀ ਤਰ੍ਹਾਂ ਤਵੱਜੋ ਨਾਲ ਸੁਣ ਲਓ ਅਸਰ ਪੈਦਾ ਕਰਨਾ ਕੰਮ ਲੈਣ ਦਾ ਬismillah ਕੋਲੋਂ ਆਮਲ ਬਣਦਾ ਜਿਹੜਾ ਕੰਮ ਹੈ ਨਾ ਉਹ ਤੁਹਾਨੂੰ ਮੈਂ ਦੱਸਣ ਲੱਗਾ ਇਸ ਤਰ੍ਹਾਂ ਤੁਸੀਂ ਵਜ਼ੀਫਾ ਕਰੋਗੇ ਇਨਸ਼ਾਅੱਲਾ ਉਸ ਤੋਂ ਬਾਅਦ ਤੁਹਾਡਾ ਤੁਸੀਂ ਚਾਹਦੇ ਹੋ 50 ਦਿਨਾਂ ਚ ਹੋ ਜੇ ਉਹ ਬਤਾਂਵਾਂ ਮੈਂ ਵਜ਼ੀਫਾ ਦੱਸ ਦਾਂਗਾ ਠੀਕ ਹੈ ਤੁਸੀਂ ਕੋਈ 10 ਦਿਨਾਂ ਚ ਹੋ ਜੇ ਫਿਰ ਵੀ ਤੁਹਾਨੂੰ ਦੱਸਦਾ 20 ਦਿਨਾਂ ਚ ਹੁੰਦਾ ਹੈ 40 ਦਿਨਾਂ ਚ ਹੁੰਦਾ ਤੁਸੀਂ ਹੁਣ ਮਤਾਂ ਨੂੰ ਚਾਰ ਵਜ਼ੀਫੇ ਤੁਹਾਨੂੰ ਦੱਸਣਾਂ ਤੇ ਫਿਰ ਉਸ ਤੋਂ ਬਾਅਦ 70000 72000 ਤੋਂ ਤੁਹਾਨੂੰ ਪਤਾ ਉਹ ਤੇ ਅਖੀਰ ਹੈਗਾ ਉੱਥੇ ਤੁਹਾਨੂੰ ਉੱਥੇ ਵੀ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਇੱਕੋ ਦਿਨ ਚ ਪੜੀ ਰਿਓ। ਤੇ ਪਹਿਲਾ ਵਜ਼ੀਫਾ ਦਾ ਨਾ ਦੋਸਤੋ ਬੱਚਿਓ ਦੱਸਨਾ ਬismillah ਕੋਲੋਂ ਪਹਿਨ ਆਮਲ ਬਣੋ ਕਿਦ ਅੱਗੇ ਤੁਸੀਂ ਕੰਮ ਵੀ ਲੋਗੇ ਨਾ। ਬismillah ਪੜਨ ਦਾ ਤਣ ਮਤਰੀਕਾ ਦੱਸਣਾ ਪਹਿਲਾ ਤਰੀਕਾ ਤੁਹਾਨੂੰ ਦੱਸ ਲਗਾ। ਜਿਹੜਾ ਬੱਚਾ ਆਮ ਹੁੰਦਾ ਨਾ ਆਮ ਕਿਉਂਕਿ ਉਹਨੂੰ ਵਜ਼ਨ ਚੁੱਕਣਾ ਇੱਕ ਬੰਦਾ ਵੇਟ ਲਿਫਟਰ ਹੈ ਹੀ ਨਹੀਂ। ਉਹਨੂੰ ਕੋਈ ਪੰਜ ਮਾਨ ਦਾ ਵੇਟ ਚੁੱਕੋ ਤਾਂ ਵੇਟ ਨਹੀਂ ਚੁੱਕਦਾ ਪੰਜ ਮਾਨ ਦਾ। ਉਹਨੂੰ ਪਹਿਲੇ 15 ਕਿਲੋ 20 ਕਿਲੋ ਵੇਟ ਲਿਫਟਿੰਗ ਕਰਾਈ ਦੀ ਕਦੀ ਵੇਟ ਲਿਫਟਿੰਗ ਤੁਸੀਂ ਕਰਨਗੇ ਹੋਗੇ ਨਾ ਤੁਹਾਨੂੰ ਅੰਦਾਜ਼ਾ ਹੋਏਗਾ ਵੇਟ ਲਿਫਟਿੰਗ ਕਿਸ ਤਰ੍ਹਾਂ ਕਰਾਂਦੇ ਨੇ ਪਹਿਲੇ ਹਲਕਾ ਵਜ਼ਨ ਫਿਰ ਉਸ ਤੋਂ ਵਜ਼ਨ ਫਿਰ ਉਸ ਤੋਂ ਵਜ਼ਨ ਵਧਾਦੇ ਵਧਾਦੇ ਫਿਰ ਜਿੰਨਾ ਮਰਦੇ ਬੰਦਾ ਚੁੱਕ ਲੈਂਦਾ ਤੇ ਇਸ ਲਈ ਬੱਚਿਓ ਸਭ ਤੋਂ ਪਹਿਲੇ ਤੁਸੀਂ ਬismillah शरीफ ਦਾ ਸਵਾ ਲੱਖ ਪੂਰਾ ਕਰਨਾ ਸਾਂ ਤਰੀਕਾ ਤੁਹਾਨੂੰ ਦੱਸਣਾ ਸਭ ਤੋਂ ਪਹਿਲੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਿਨ ਲੱਗੇ ਜਾਣਗੇ ਵਜ਼ੀਫਾ ਵੱਡਾ ਹੋ ਜਾਏਗਾ ਪਹਿਲਾਂ ਤੁਸੀਂ ਵਜ਼ੀਫਾ ਕਰਨਾ ਸਵਾ ਲੱਖ ਬismillah शरीफ ਪੜਨੀ ਹੈ 3150 ਦਫਾ 40 ਦਿਨ ਤੁਸੀਂ ਪੜ੍ਹਨੀ ਹੈ 3150 ਦਫਾ ਤੁਸੀਂ ਇਹ ਕਰਨੀ ਹੈ 40 ਦਿਨ ਬਾਅਦ ਤੁਹਾਡਾ ਇਹਦਾ ਪੂਰਾ ਸਵਾ ਲੱਖ ਹੋ ਜਾਏਗਾ ਦੋਸਤੋ ਬੱਚਿਓ ਜਦੋਂ ਸਵਾ ਲੱਖ ਪੂਰਾ ਹੋ ਜਾਏ ਉਦੋਂ ਘੱਟ ਤੋਂ ਘੱਟ 1 ਸਵਾ ਕਿਲੋ ਚਾਵਲ ਘੜੋ ਦਾ 10 12 ਬੰਦਿਆਂ ਨੂੰ ਚਾਵਲ ਵੰਡੇਣ ਤੁਸੀਂ ਚਾਵਲ ਲਿਆਓ ਉਹਦਾ ਜ਼ਰਦਾ ਪਕਾਓ ਜਾਂ ਗੂੜਾ ਵਾਲਾ ਚਾਵਲ ਮਿੱਠੇ ਪਕਾਣੇ ਨੇ ਮਿੱਠੇ ਪਕਾ ਕੇ ਤੇ ਬੱਚਿਆਂ ਨੂੰ ਤਕਸੀਮ ਕਰਦੇ ਨੇ ਤੁਹਾਡਾ ਵਸੀਫਾ ਖੋਲ ਗਿਆ ਸਮਝੋ ਟਾਡੇ ਤੇ ਠੀਕ ਹੈ ਇਹ ਜ਼ਕਾਤ ਜ਼ਰੂਰ ਤੁਸੀਂ ਕੱਢਣੀ ਤੁਹਾਨੂੰ ਬੱਚਿਆਂ ਨੂੰ ਤੁਸੀਂ ਲੰਗਰ ਤਕਸੀਮ ਜ਼ਰੂਰ ਕਰਨਾ ਨਹੀਂ ਅੱਲਾ ਦੇ ਨਾਮ ਤੇ ਠੀਕ ਹੈ ਇਨਸ਼ਾਅੱਲਾ ਉਸ ਤੋਂ ਬਾਅਦ ਇੱਕ ਵਜ਼ੀਫਾ ਹੋ ਗਿਆ ਤੁਸੀਂ ਇਹ ਜੋ ਤੁਸੀਂ ਕਰ ਲੋਗੇ ਉਸ ਤੋਂ ਬਾਅਦ ਅਗਲਾ ਵਜ਼ੀਫਾ ਦੂਸਰਾ ਜਿਹੜਾ ਕਰਨਾ ਹੋਏਗਾ ਉਹ ਤੁਸੀਂ ਕਰਨਾ ਹੈ 20 ਦਿਨਾਂ ਚ ਇਹ ਆਮ ਬੰਦੇ ਲਈ ਹੈ ਜਿਹੜਾ ਆਮ ਬੰਦਾ ਦੁਨੀਆਦਾਰ ਉਹ ਬਤਾ ਇਸ ਤਰ੍ਹਾਂ ਕਰੇ 40 ਦਿਨ ਦੇ ਵਿੱਚ ਜਿਹੜਾ ਥੋੜਾ ਜਿਹਾ ਪੜ੍ਹਾਈ ਨੂੰ ਜਾਣਦਾ ਹੈ ਉਹ 20 ਦਿਨਾਂ ਜੇ ਨੂੰ ਸਵਾ ਲੱਖ ਪੂਰਾ ਕਰ ਲਏਗਾ ਬੱਚਿਓ ਉਹ ਕਿਸਰਾ ਕਰਨਾ ਹੈ ਉਹ ਤੁਹਾਨੂੰ ਮੈਂ ਦੱਸ ਦਿੰਨਾ 6250 ਦਫਾ ਕਿੰਨਾ ਪੜਨਾ ਹੈ 6250 ਦਫਾ ਯਾਨੀ ਕਿ 650 ਦਫਾ ਪੜਨਾ ਤੁਸੀਂ ਇੱਕ ਦਿਨ ਵਿੱਚ ਬismillah अर रहमान अर रहीम ਤਸਵੀਰ ਲੈਣੀ 1000 ਦੀ 6250 ਦਫਾ ਯਾਨੀ ਕਿ 650 650 ਦਫਾ ਹੋ ਜਾਏਗਾ ਪੂਰੇ 20 ਦਿਨ ਤੁਸੀਂ ਪੜੋਗੇ 20 ਦਿਨਾਂ ਬਾਅਦ ਤੁਹਾਡਾ 1 ਸਵਾ ਲੱਖ ਪੂਰਾ ਹੋ ਜਾਏਗਾ। ਬੱਚੋ ਜੀ ਉਹ 1 ਸਵਾ ਲੱਖ ਪੂਰਾ ਹੋ ਜਾਏਗਾ ਤਾਂ ਤੁਸੀਂ ਇਨਸ਼ਾਅੱਲਾ ਉਸ ਤੋਂ ਬਾਅਦ 20 ਦਿਨਾਂ ਬਾਅਦ ਤੁਸੀਂ ਇਹ ਪੂਲ ਤੁਹਾਡੀ ਕੂਵਤ ਤੁਹਾਡੇ ਕੋਲ ਆ ਜੀਗੀ ਇਸ ਚੀਜ਼ ਦੀ। ਤੇ ਤੁਸੀਂ ਇਸ ਤਰ੍ਹਾਂ ਹੀ ਫੇਰ ਕਰਨਾ ਹੈ। ਚਾਵਲ ਪਕਾਣੇ ਨੇ ਪਕਾਣੇ ਚਾਵਲ ਲੇ ਤੁਹਾਨੂੰ ਦੱਸਦਾ। ਬਜਾਇਆ ਹੋਟ ਮਠਾਈ ਲੈ ਕੇ ਮੰਨਣ ਨਾਲ ਤੁਸੀਂ ਆਪ ਲਿਆ ਕੇ ਚਾਵਲ ਮੇਵੇ ਸੇ ਪਾਖ ਜਰਦਾ ਪਕਾ ਕੇ ਬੱਚਿਆਂ ਨੂੰ ਵੰਡੋਗੇ ਅੱਲਾਹ ਤਾਲਾ ਹੋਰ ਖੁਸ਼ ਹੁੰਦਾ। ਮੌਕਲਾਤ ਵੀ ਖੁਸ਼ ਹੁੰਦੇ ਨੇ ਤੁਹਾਨੂੰ ਮੈਂ ਦੱਸਦਾ ਇਸ ਚੀਜ਼ ਨਾਲ। ਤੁਸੀਂ ਆ ਵੰਡਣਾ ਹੈ। ਟਾੜਾ ਅਮਲ ਸਮਝੋ ਤੁਹਾਡੇ ਜਾਰੀ ਹੋ ਗਿਆ ਇਹ ਦੋ ਤਰੀਕੇ ਤੁਹਾਨੂੰ ਦੱਸਤੇ ਨੇ ਦੋ ਰਹਿ ਗਏ ਨੇ ਉਹ ਤੁਹਾਨੂੰ ਮੈਂ ਇੱਕ ਵੀਡੀਓ ਹੋਰ ਬਣਾ ਕੇ ਦੱਸਾਂਗਾ ਇਨਸ਼ਾਅੱਲਾ ਤੁਹਾਨੂੰ ਉਹਦੇ ਦੇ ਵੀ ਤੁਸੀਂ ਕਾਰਮੋਦ ਹੋ ਜਾਓਗੇ ਠੀਕ ਹੈ ਲੇਕਿਨ ਬismillah ਵੀ ਪੜਨਾ ਤੇ ਉਹਦੇ ਕੋਲੋਂ ਪੜਿਆ ਕਰੋ ਸਾਨੂੰ ਮੈਂ ਕਿੰਨੀ ਵਾਰੇ ਕਹਿ ਪੀਰ ਦੀ ਜਾਤ ਤੋਂ ਬਿਨਾ ਕੰਮ ਕੋਈ ਨਹੀਂ ਜਿਹਾ ਹੁੰਦਾ ਸੁਲਤਾਨ ਬਹੁ ਸਰਕਾਰ ਫਰਮਾਉਂਦੇ ਨੇ ਮੁਰਸ਼ਦ ਬਾਦੋਂ ਫਕਰ ਕਮਾਵੇਂ ਵਿੱਚ ਕੁਫਰ ਦੇ ਬੁੱਢਾ ਹੋਵੇਂ ਤੂੰ ਮੇਰੇ ਬੱਚਿਓ ਮੁਰਸ਼ਦ ਬਾਜੋ ਫਕਰ ਕਰਕ ਮਾਣਾ ਨਾ ਬੰਦਾ ਕਫਰ ਚ ਬੁੱਢਾ ਹੋ ਜਾਏ ਤਾਂ ਮੈਂ ਦੱਸਦਾ ਪਤਾ ਉਹਨੂੰ ਕੁਝ ਨਹੀਂ ਲੱਗਦਾ ਨਾ ਅਸਰ ਹੁੰਦਾ ਨਾ ਉਹਦਾ ਫਾਇਦਾ ਹੁੰਦਾ ਬੰਦੇ ਕਹਿੰਦੇ ਨੇ ਸਾਨੂੰ ਫਾਇਦਾ ਨਹੀਂ ਹੁੰਦਾ ਲੋ ਬੱਚੋ ਤੁਸੀਂ ਕਰੋਗੇ ਇਨਸ਼ਾਅੱਲਾ ਤੁਹਾਨੂੰ ਫਾਇਦਾ ਹੋਏਗਾ ਤੇ ਤੁਸੀਂ ਅਮਲ ਵੀ ਬਣ ਜਾਓਗੇ ਹੋਰ ਆਪਣੇ ਬੱਚੇ ਖਾਸ ਮੇਰੇ ਜਿਹੜੇ ਦੋਸਤ ਨੇ ਜਿਹੜੇ ਮੇਰੇ ਨਾਲ ਸਾਰ ਕਰਦੇ ਸੀ ਉਹਨਾਂ ਨਾਲ ਹੀ ਮੈਂ ਇੱਕ ਦੱਸਣਾ ਚਾਹਣਾ ਵੀ ਮੈਂ ਆਪਣਾ WhatsApp ਨੰਬਰ ਬਣਾ ਦਿੱਤਾ ਜੀ ਜਿਹੜਾ ਮੇਰਾ ਨੰਬਰ ਚੱਲਦਾ ਪਿਆ ਅਸਲ ਨੰਬਰ ਤੇ ਤੇ ਦੋਸਤੋ ਹੋਰ ਜਾਇਜ਼ ਕਾਊਂਟ ਵੀ ਬਣਾ ਦਿੱਤਾ ਹੈ 12ਵੇਂ ਸ਼ਰੀਫਾ ਜਿਹੜਾ ਹਿੱਸਾ ਪਾਉਂਦੇ ਨੇ ਦੋਸਤ ਉਹ ਚੰਨ ਦੀ 8 ਤੋਂ 9 ਤੱਕ 12ਵੇਂ ਦਾ ਹਿਸਾਬ ਕਲਾ ਸਕਦੇ ਨੇ ਠੀਕ ਹੈ ਜੀ ਇਹਨੂੰ ਬਸ ਤੁਸੀਂ ਯਾਦ ਰੱਖਣਾ ਹੈ 12ਵੇਂ ਸ਼ਰੀਫ ਨੂੰ ਤੇ ਫਿਰ ਅੱਛਾ ਜੀ ਅਸਲਾਮੁਅਲੈਕਮ